ਸਰ ਤੁਹਾਡਾ ਬਹੁਤ ਵੱਡਾ ਸ਼ਡਿਊਲ ਹੈ ਡੇਲੀ ਅਸੀਂ ਵੇਖ ਰਹੇ ਹਾਂ ਫਾਲੋ ਵੀ ਕਰ ਰਹੇ ਤੁਹਾਨੂੰ ਅੱਜ ਕਾਫੀ ਦੇਰ ਤੋਂ ਤੁਸੀਂ ਸੜਕ ਤੋਂ ਰੁਕੇ ਹੋਏ ਹੋ ਯੂਨੀਵਰਸਿਟੀ ਦੇ ਕੋਲ ਕਾਰਨ ਸਾਨੂੰ ਇਹ ਪਤਾ ਲੱਗਿਆ ਕਿ ਧਾਰਾ 144 ਇੱਥੇ ਲਾਗੂ ਹੋਈ ਹੈ ਪੰਜ ਤੋਂ ਵੱਧ ਬੰਦੇ ਕੱਟੇ ਕਿਉਂ ਕਰਾਈ ਗਈ ਇਹ ਕੀ ਲੱਗਦਾ ਨਹੀਂ ਹੁਣੇ ਤਾਂ ਕੈਪਟਨ ਸਾਹਿਬ ਨੂੰ ਬਤਾਊਗਾ ਕੋਈ ਨਹੀਂ ਇਹਦੇ ਪਿੱਛੇ ਲੱਗਦਾ ਤੁਹਾਨੂੰ ਕੋਈ ਸਾਜ਼ਿਸ਼ ਹੈ ਨਹੀਂ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਕਲੀਅਰ ਰਿਜ਼ਲਟ ਲੈ ਰਹੇ ਕਿ ਕੱਲ ਸ਼ਾਮ ਤੋਂ ਬਾਅਦ ਧਾਰਾ 144 5 ਵਜੇ ਪ੍ਰਚਾਰ ਬੰਦ ਲੱਗ ਸਕਦੀ ਹੈ ਲੱਗ ਸਕਦੀ ਹੈ पर पटियाला शहर ची क्यों फिर शायद कैप्टन साहब बीजेपी ना उन्होंने है वो डरे हो कि अज जो पटियाले रैली हो जाए तो कैप्टन साहब तो वैसे भी आ रहे हैं थोड़े जहां जिम्मे पहला भी केंद्र की एजेंसियां हमेशा भाजपा इस्तेमाल कर दिया लगता इस बार भी उही हो रहा नहीं हो कि नहीं है कि मैं घनौर करके आया सनौर बिल्कुल फिर समाने जाना फिर मैं शतराने जाना दिड़पे जाना बुलाडे जाना मानसा सूगढ़ सुनाम ਕੱਲੀ ਪਟਿਆਲਾ ਸ਼ਹਿਰ ਚ ਮਾਨ ਸਾਹਿਬ ਦਾ ਖੌਫ ਹੈ ਪਤਾ ਨਹੀਂ ਜੀ ਮੈਨੂੰ ਕਿਉਂ ਨਹੀਂ ਵੜਨ ਦਿੰਦੇ ਤੁਹਾਡਾ ਖੌਫ ਹੈ ਮਤਲਬ ਤੇ ਕੱਲ ਤਾਂ ਕਹਿੰਦੇ ਸੀਗੇ ਕਿ ਭਗਵੰਤ ਮਾਨ ਜਿਹੜਾ ਗੰਭੀਰ ਨਹੀਂ ਹੈਗਾ ਸਰਕਾਰ ਚਲਾਉਣੀ ਗੰਭੀਰ ਬੰਦਿਆਂ ਦਾ ਕੰਮ ਹੁੰਦਾ ਭਗਵੰਤ ਮਾਨ ਆਰਟਿਸਟ ਹੈ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ 2.5 ਸਾਲ ਮੇਰੇ ਨਾਲ ਐਮਪੀ ਰਹੇ ਸੀ ਤੇ ਪਾਰਲੀਮੈਂਟ ਚ ਉਹਨਾਂ ਦੀ ਹਾਜ਼ਰੀ ਕਿੰਨੀ ਸੀ 6% ਵਰਸਟ ਇਨ ਦਾ ਕੰਟਰੀ ਸਾਰੇ ਦੇਸ਼ ਸਭ ਤੋਂ ਮਾੜੀ ਹਾਜ਼ਰੀ ਮੇਰੀ 95% 6% ਵਾਲਾ ਗੰਭੀਰ ਹੁੰਦਾ ਜਾਂ 95 ਵਾਲਾ ਗੰਭੀਰ ਹੁੰਦਾ ਹੋਰ ਕੋਈ ਤੁਹਾਨੂੰ ਸ਼ਾਇਦ ਸੁਧਾਰ ਹੋ ਗਿਆ ਜਿਵੇਂ ਕਿ ਨਹੀਂ ਹੈਗਾ ਫਿਰ ਉਹਨਾਂ ਨੂੰ ਸਾਰਾ ਖਤਰਾ ਹੋਣਾ ਚਾਹੀਦਾ ਤੁਹਾਡੇ ਲਈ ਖੌਫ ਹੈ ਮਤਲਬ ਇੱਕ ਕੈਪਟਨ ਸਾਹਿਬ ਨੂੰ ਜਿਵੇਂ ਕਰਕੇ ਕਰਾਇਆ ਪਤਾ ਨਹੀਂ ਕੀ ਹੋਇਆ ਦੇਖੋ ਮਾਨ ਸਾਹਿਬ ਇਸ ਤੋਂ ਪਹਿਲਾਂ ਜੇਕਰ ਦੇਖੇ ਵੱਖ ਵੱਖ ਹਲਕਿਆਂ 'ਚ ਤੁਸੀਂ ਜਾ ਰਹੇ ਹੋ ਕਿਤੇ ਇਸ ਤਰ੍ਹਾਂ ਦੇ ਰੁਕਾਵਟ ਹਾਂ ਜੀ ਪਟਿਆਲੇ ਸ਼ਹਿਰ 'ਚ ਪਟਿਆਲੇ ਕਿਉਂ ਕਾਰਨ ਪਤਾ ਨਹੀਂ ਜਦੋਂ ਤੁਸੀਂ ਪੁੱਛੋ ਉਹਨਾਂ ਨੂੰ ਕੈਪਟਨ ਸਾਹਿਬ